ਸੋ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ 300 ਸਾਲਾਂ ਸ਼ਤਾਬਦੀ ਜਿਹੜੀ ਹੈ ਸਾਰੀ ਸਿੱਖ ਕੌਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਬੜੇ ਹੀ ਸ਼ਾਨ ਦੇ ਨਾਲ ਬੜੇ ਧੂਮਧਾਮ ਦੇ ਨਾਲ ਮਨਾ ਰਹੀਆਂ ਨੇ। ਸੋ ਅੱਜ ਦਿੱਲੀ ਫਤਿਹ ਮਾਰਚ ਜਿਹੜਾ ਕੱਢਿਆ ਜਾ ਰਿਹਾ ਜਿਹਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਔਰ ਘੋੜਿਆਂ 'ਤੇ ਸਵਾਰ ਨੇ ਔਰ ਸਿੰਘ ਸਾਹਿਬ ਆਏ ਨੇ। ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਮਾਰਚ ਸ਼ਾਮਲ ਹੋਈਆਂ ਨੇ। ਸੋ ਅੱਜ ਜਿਸ ਤਰ੍ਹਾਂ ਦਾ ਜਾਹੋ ਜਲਾਲ ਦੇਖ ਰਹੇ ਹਾਂ, ਜਿਸ ਤਰ੍ਹਾਂ ਦਾ ਉਤਸ਼ਾਹ ਦੇਖ ਰਹੇ ਹਾਂ, ਜਿਸ ਤਰ੍ਹਾਂ ਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਮਾਰਚ ਦੇਖ ਰਹੇ ਹਾਂ, ਇੱਥੋਂ ਇਸ ਤਰ੍ਹਾਂ ਲੱਗਦਾ ਕਿ ਅੱਜ ਵੀ ਜਿਵੇਂ ਉਹੀ ਦ੍ਰਿਸ਼ ਪੁਰਾਣਾ ਜਿਹੜਾ ਸਾਹਮਣੇ ਦੇਖ ਰਹੇ ਹਾਂ ਕਿ ਅੱਜ ਸਾਰਾ ਸਿੱਖ ਪੰਥ ਫਿਰ ਉਹ ਦਿੱਲੀ ਦੇ ਜਾਂ ਲਾਲ ਕਿਲੇ ਨੂੰ ਫਤਿਹ ਕਰਨ ਵਾਸਤੇ ਜਾ ਰਿਹਾ ਹੈ। ਸੋ ਅੱਜ ਵੀ ਸਾਨੂੰ ਲੋੜ ਹੈ ਕਿ ਅਸੀਂ ਉਹਨਾਂ ਮਹਾਨ ਯੋਧਿਆਂ ਤੋਂ, ਉਹਨਾਂ ਮਹਾਨ ਜਰਨੈਲਿਆਂ ਦੇ ਉਹਨਾਂ ਦੀ ਕੁਰਬਾਨੀਆਂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਵੀ ਔਰ ਚੜ੍ਹਦੀ ਕਲਾ ਜੀਵਨ ਬਣਾਈਏ ਅਣਖ ਅਤੇ ਗੈਰਤ ਨਾਲ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਨੇ ਇਹ ਸਿਖਾਇਆ, ਉਸ ਤਰ੍ਹਾਂ ਚੜ੍ਹਦੀ ਕਲਾ ਦਾ ਜੀਵਨ ਬਤੀਤ ਕਰਕੇ ਸਿੱਖ ਪੰਥ ਦੀ ਜਿਹੜੀ ਆ ਆਪਾਂ ਸੇਵਾ ਕਰੀਏ।